पंजाब में 1.5 महीने बाद फिर बाढ़ की स्थिति बन गई है। कई इलाके बाढ़ की चपेट में आ गए हैं। मोगा जिले के साथ लगते सतलुज दरिया में पानी का स्तर बहुत बढ़ गया है। गांव के सभी लोगों को सुरक्षित स्थानों पर पहुंचाने की अपील की जा रही है। धर्मकोट के विधायक दविंदर जीत सहलाड़ी ढोस में गाँव का दौरा किया। गाँव वासियों को हर संभव मदद करने की उन्होंने बात कही। ਸਾਡੇ ਫਤਿਹਗੜ੍ਹ ਪਸ਼ਤੂਰ ਥਾਣਾ ਏਰੀਏ ਦੇ ਦੋ ਪਿੰਡ ਆਉਂਦੇ ਆ ਜੀ ਹੜ੍ਹ ਦੇ ਵਿੱਚ। ਸਾਡੇ ਵੱਲੋਂ ਇੱਥੇ ਫੋਰਸ ਤੈਨਾਤ ਕੀਤੀ ਗਈ ਹੈ, ਕੰਟਰੋਲ ਰੂਮ ਬਣਿਆ ਹੋਇਆ ਵਾ ਜੀ, ਅਤੇ ਪਬਲਿਕ ਨੂੰ ਇੱਥੇ ਅਵੇਅਰ ਕੀਤਾ ਜਾ ਰਿਹਾ ਵਾ ਅਤੇ ਘਰ ਖਾਲੀ ਕਰਾਉਣ ਲਈ ਉਹਨਾਂ ਨੂੰ ਅਨਾਊਂਸਮੈਂਟ ਹੀ ਕਰ ਰਹੇ ਹਾਂ ਜੀ। ਹਾਲਾਤ ਹੀ ਤੁਹਾਨੂੰ ਤੁਸੀਂ ਦੇਖ ਰਹੇ ਹੋ, ਪਾਣੀ ਬਹੁਤ ਆ ਰਿਹਾ ਅਤੇ MLA ਸਾਹਿਬ ਕਹਿ ਕੇ ਗਏ ਆ ਕਿ 7 ਲੱਖ ਪਾਣੀ ਆਉਣਾ ਅਤੇ 1.5 ਲੱਖ ਜਿੱਦਾਂ ਆ ਚੁੱਕਿਆ ਅਤੇ ਤੁਸੀਂ ਦੇਖ ਰਹੇ ਹੋ ਕਿ ਅੱਧਾ ਪਿੰਡ ਡੁੱਬਿਆ, ਅੱਧਾ ਬਾਹਰ ਹੈ ਅਤੇ ਅੱਧਾ ਵਿੱਚ ਹੈ। ਪਾਣੀ ਜੀ ਬਹੁਤ ਚੜਿਆ, ਅੱਗੇ 2-3 ਦਿਨ ਲੈ ਗਿਆ ਸੀ, ਹੁਣ 4-5 ਦਿਨ ਫਿਰ ਚੜ ਗਿਆ। ਬਹੁਤ ਅਸੀਂ ਤਾਂ ਖਰਾਬ ਹੋਈ ਜਾਂਦੇ ਹਾਂ ਅਤੇ ਅਸੀਂ ਤਾਂ ਤੰਗ ਬਹੁਤ ਹਾਂ, ਕੋਈ ਰਸਨ ਰੁਸਨ ਕੋਈ ਨਹੀਂ ਆ ਰਿਹਾ।